ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸਿੱਧੂ ਮੂਸੇਵਾਲਾ ਅਕਸਰ ਆਪਣੇ ਲਾਈਵ ਸ਼ੋਜ਼ ਵਿੱਚ ਆਪਣਾ ਵਿਰੋਧ ਕਰਨ ਵਾਲੇ ਪੰਜਾਬੀ ਸਿੰਗਰਾਂ ਨੂੰ ਰਿਪਲਾਈ ਕਰਦਾ ਰਹਿੰਦਾ ਹੈ। ਅਜਿਹਾ ਹੀ ਕੁਝ ਹੋਇਆ ਕੁਝ ਦਿਨ ਪਹਿਲਾਂ, ਜਦੋਂ ਮੂਸੇਵਾਲੇ ਨੇ ਕਿਹਾ ਕਿ ਇੱਕ ਸਿੰਗਰ ਨੇ ਮੇਰੇ ਗੀਤ ਦੇ ਲਿਰਿਕਸ ਚੋਰੀ ਕਰ ਉਸ ਗੀਤ ਨੂੰ ਗਾਇਆ ਹੈ। ਜਿਸ ਤੋਂ ਬਾਅਦ ਹੁਣ ਮਨਿੰਦਰ ਪੁੱਟਰ ਨੇ ਵੀ ਆਪਣੇ ਇੱਕ ਲਾਈਵ ਸ਼ੋਅ ਵਿੱਚ ਉਸੇ ਸਿੰਗਰ ਦੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਇਹ ਚੰਗੀ ਗੱਲ ਨਹੀਂ ਕਿ ਕਦੇ ਉਹ ਚੋਰ ਮੇਰੇ ਲਿਰਿਕਸ ਚੋਰੀ ਕਰਦਾ ਹੈ, ਕਦੇ ਸਿੱਧੂ ਦੇ, ਤੇ ਪੁੱਟਰ ਨੇ ਕਿਹਾ ਕਿ ਅਜਿਹਾ ਕਰਨ ਵਾਲੇ ਨੂੰ ਤਾਂ ਚੋਰ ਹੀ ਕਿਹਾ ਜਾਣਾ ਠੀਕ ਹੋਵੇਗਾ। ਦੇਖਦੇ ਹਾਂ ਪੁੱਟਰ ਦੀ ਉਹ ਪੂਰੀ ਵੀਡੀਓ। ਚੋਰ ਕੋ ਚੋਰ ਬੋਲਣਾ ਗਲਤ ਹੈ, ਇਹ ਬੋਲਣਾ ਗਲਤ ਹੈ, ਚੋਰ ਕੋ ਚੋਰ ਬੋਲਣਾ ਨਹੀਂ ਹੈ। ਆਗੇ ਸੇ ਜਾ ਸੁਣ ਲੋ ਨਾ, ਬੋਲ ਦਿਓ ਮੂੰਹ ਪੇ ਚੋਰ, ਤੋ ਜਿਸ ਦਿਨ ਮੇਰੇ ਕੋ ਮਿਲੇਗਾ ਮੇਰੇ ਬੋਲ ਦੂੰਗਾ, ਠੀਕ ਹੈ ਨਾ। ਸਿੱਧੂ ਮੂਸੇਵਾਲੇ ਕੀ ਕੌਣ ਕੌਣ ਸਪੋਰਟ ਕਰਤੇ ਹੈ ਆਪਣੇ, ਦੋ ਤਿੰਨ ਮਹੀਨੇ ਉਸਕੀ ਵੀ ਬਾਈ ਕਿਉਂ ਖਾ ਲਈ ਹੈ ਉਸਕੇ ਬਾਈ, ਤੋ ਜਿਸ ਦਿਨ ਮਿਲਦੇ ਬੋਲ ਦਿਓ ਬੇਦਲ, ਠੀਕ ਹੈ ਨਾ। ਸੁਪਨਾ ਕਰਨਾ ਆਏਗਾ, ਮੇਰਾ ਲਹਿੰਗਾ ਹੈ ਮਹਿੰਗਾ, ਤੇਰੇ ਤੋਂ ਲੈ ਨਹੀਂ ਹੋਣਾ, ਹੀਲ ਮੇਰੀ ਉੱਚੀ ਕਿ ਚੁੱਪ ਰਹਿੰਦਾ ਹੈ, ਰੋਮੈਂਟਿਕ ਗਾਣੇ ਗਾਤਾ ਤਾਂ ਕੁਛ ਬੋਲੇਗਾ ਨੀ, ਕੈਸੇ ਨੀ ਬੋਲੇਗਾ ਭਾਈ, ਕੈਸੇ ਨੀ ਬੋਲੇਗਾ, ਗਾਣਾ ਦਿਲ ਤੇ ਲਿਖਾਏਗਾ, ਮੈਨੂੰ ਕਿਸੇ ਕਾ ਉਠਾਇਆ ਤਾਂ ਨਹੀਂ ਲਗਾ, ਨਹੀਂ ਜੋੜੇਗਾ ਕੋਈ ਗਾਣਾ ਉਠਾਏਗਾ ਤਾਂ ਪਹਿਲੇ ਗਵਾਏਗਾ। ਇਹੀ ਬਾਤ ਹੈ ਯਾਰ, ਖੁਦ ਮਿਹਨਤ ਤੇ ਲਿਖਿਆ, ਕਿਸੇ ਕਾ ਉਠਾ ਕੇ ਨਹੀਂ ਲਿਖਾ। ਮੈਂ ਤਾਂ ਇਹ ਰਹਿਣ ਕਾ ਕੰਫੀਡੈਂਸ ਮਰ ਗਿਆ ਹੈ, ਕਭੀ ਸਿੱਧੂ ਦੇ ਗਾਣੇ ਉਠਾ ਲਓ, ਕਭੀ ਮਨਿੰਦਰ ਕੇ ਉਠਾ ਲਓ, ਨਹੀਂ ਚੱਲ ਰਿਹਾ ਭਾਈ। ਤੋ ਭਾਈ ਕੀ ਸਪੋਰਟ ਕਰਦੇ ਹੋ ਸਾਰੇ ਜਣੇ? ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਸ਼ਾਇਦ ਕਿਤੇ ਨਾ ਕਿਤੇ ਸਿੱਧੂ ਮੂਸੇਵਾਲੇ ਵਾਂਗ ਹੀ ਮਨਿੰਦਰ ਪੁੱਟਰ ਦਾ ਇਸ਼ਾਰਾ ਵੀ ਜਸ ਮਾਣਕ ਵੱਲ ਹੈ। ਤੇ ਤੁਸੀਂ ਆਪਣੇ ਕਮੈਂਟ ਕਰ ਜ਼ਰੂਰ ਦੱਸਣਾ ਕਿ ਤੁਸੀਂ ਮਨਿੰਦਰ ਪੁੱਟਰ ਸਿੱਧੂ ਮੂਸੇਵਾਲਾ ਦੇ ਜਸ ਮਾਣਕ ਵਿੱਚੋਂ ਕਿਸ ਦੇ ਹੱਕ ਵਿੱਚੋਂ। ਇਸ ਦੇ ਨਾਲ ਇਸ ਤਰ੍ਹਾਂ ਦੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ, ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।